ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਅਤੇ ਝੋਨੇ ਦੇ ਸੀਜ਼ਨ ਦੀ ਤਕਰੀਬਨ ਇਹ ਲਾਸਟ ਵੀਡੀਓ, ਇਸ ਤੋਂ ਬਾਅਦ ਜੇ ਕੋਈ ਝਾੜ ਬਾਰੇ ਗੱਲਬਾਤ ਕਰਨੀ ਹੋਈ ਤਾਂ ਉਹ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਅਤੇ ਝੋਨੇ ਦਾ ਸੀਜ਼ਨ ਤਕਰੀਬਨ ਜਿਹੜਾ ਹੈਗਾ ਐਂਡ ਵੱਲ ਨੂੰ ਜਾ ਰਿਹਾ, ਹੁਣ ਫਸਲ ਦੀ ਕਟਾਈ ਅਤੇ ਉਹਦੀ ਜਿਹੜਾ ਮੰਡੀਕਰਨ ਉਹੀ ਬਾਕੀ ਹੈ। ਅਜੇ ਵੀ ਸਵਾਲ ਟਾਵੇਂ ਟਾਵੇਂ ਆਉਂਦੇ ਆ ਕਿਸਾਨ ਵੀਰਾਂ ਦੇ ਕਿ ਝੋਨੇ ਦੇ ਪੱਤੇ ਲਾਲ ਹੋ ਰਹੇ ਆ, ਦੌਗੀਆਂ ਪੈ ਰਹੀਆਂ, ਉਹਦੇ ਵਿੱਚ ਆਪਾਂ ਕਿਹੜੀ ਸਪਰੇਅ ਕਰੀਏ, ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਜੇ ਕੋਈ ਨਵੇਂ ਕਿਸਾਨ ਵੀਰ ਜੁੜੇ, ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ, ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਕਿਸਾਨ ਵੀਰੋ, ਜ਼ਿਆਦਾਤਰ ਝੋਨਾ ਜਿਹੜਾ ਹੈਗਾ ਉਹ ਕਿਸਾਨ ਵੀਰ ਕਹਿੰਦੇ ਕਿ 12 ਦਿਨ 15 ਦਿਨ ਝੋਨਾ ਲਊਗਾ। ਪਾਣੀ ਲਾਸਟ ਜਿਹੜੇ ਕਿਸਾਨ ਵੀਰ ਲਾ ਚੁੱਕੇ, ਪਾਣੀ ਵੀ ਝੋਨੇ ਜਿਹੜੇ 15 ਦਿਨ ਲੈਂਦੇ ਤਕਰੀਬਨ, ਇਸ ਤੋਂ ਬਾਅਦ ਪਾਣੀ ਲਾਉਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਤਾਂ ਕਿ ਝੋਨਾ ਜਿਹੜਾ ਇੱਕ ਸਾਰ ਪੱਕ ਜੇ ਅਤੇ ਉਹ 'ਚ ਮੋਇਸਚਰ ਆ ਜਿਹੜਾ ਉਹ 17% ਜਾਂ ਉਦੋਂ ਥੱਲੇ ਆ ਜਾਵੇ ਅਤੇ ਆਪਾਂ ਨੂੰ ਮੰਡੀ ਕਰਨ 'ਚ ਕੋਈ ਸਮੱਸਿਆ ਨਾ ਆਵੇ। ਹੁਣ ਇਸ ਸਟੇਜ 'ਤੇ ਜਦੋਂ ਝੋਨਾ 10 ਦਿਨ 12 ਦਿਨ 15 ਦਿਨ ਝੋਨੇ ਨੇ ਲੈਣੇ ਆ ਕਟਾਈ ਵਾਸਤੇ, 18 ਦਿਨ ਲੈਣੇ ਹੋ ਸਕਦੇ ਆ, ਇਸ ਸਟੇਜ 'ਤੇ ਜੇ ਕੋਈ ਤੁਹਾਨੂੰ ਸਮੱਸਿਆ ਨਜ਼ਰ ਆਉਂਦੀ ਆ ਤਾਂ ਉਹ ਪਹਿਲਾਂ ਇਨਫੈਕਸ਼ਨ ਹੋਈ ਆ, ਚਾਹੇ ਉਹ ਸ਼ੀਥ ਰੋਟ ਹੈ, ਚਾਹੇ BLB ਹੈ, ਚਾਹੇ ਜਿਹੜੀ ਕੋਈ ਹੋਰ ਕਿਸੇ ਕਿਸਮ ਦਾ ਰੋਗ ਹੈ, ਚਾਹੇ ਪੈਨੀਕਲ ਬਲਾਈਟ ਪਈ ਹੈ, ਇਹ ਪਹਿਲਾਂ ਦੀਆਂ ਇਨਫੈਕਸ਼ਨ ਹੋਈਆਂ ਨੇ, ਹੁਣ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਸ ਸਟੇਜ ਦੇ ਉੱਤੇ। ਕਿਉਂਕਿ ਜਿਹੜਾ ਜ਼ਿਆਦਾਤਰ ਫਲਿਊਡਸ ਹੁੰਦੇ ਜਿਹਦੇ ਵਿੱਚ ਜਿੰਨਾ ਵੀ ਮਟੀਰੀਅਲ ਜਿਹੜਾ ਫੋਟੋਸਿੰਥੈਟਿਸ ਨੇ, ਜਿਹਦੇ ਵਿੱਚ ਸ਼ੂਗਰਸ ਨੇ, ਪ੍ਰੋਟੀਨਸ ਨੇ, ਇਹ ਸਾਰੇ ਕੰਟੈਂਟ, ਕਾਰਬੋਹਾਈਡਰੇਟਸ ਨੇ, ਇਹ ਸਾਰੇ ਕੰਟੈਂਟ ਆ ਜਿਹੜੇ ਇਹ ਦਾਣਿਆਂ ਵੱਲੋਂ, ਮੁੰਜਰਾਂ ਵੱਲੋਂ ਮੂਵ ਕਰ ਜਾਂਦੇ ਆ। ਅਤੇ ਬੂਟਿਆਂ ਦੇ ਵਿੱਚ ਜ਼ਿਆਦਾ ਮੂਵਮੈਂਟ ਫਲਿਊਡ ਦੀ ਇਸ ਸਟੇਜ ਦੇ ਉੱਤੇ ਨਹੀਂ ਰਹਿੰਦੀ, ਘੱਟ ਜਾਂਦੀ ਹੈ। ਜੇ ਆਪਾਂ ਇਸ ਸਟੇਜ 'ਤੇ ਕੋਈ ਸਪਰੇਅ ਕਰਨ ਦੀ ਸੋਚ ਰਹੇ ਹਾਂ ਤਾਂ ਆਪਾਂ ਨੂੰ ਹੁਣ ਨਹੀਂ ਕਰਨੀ ਚਾਹੀਦੀ, ਹੁਣ ਜ਼ਰੂਰਤ ਵੀ ਕੋਈ ਨਹੀਂ, ਫਾਇਦਾ ਵੀ ਕੋਈ ਨਹੀਂ। ਜਿਹੜੀਆਂ ਪਹਿਲਾਂ ਆਪਾਂ ਸਪਰੇਆਂ ਕਰ ਲਈਆਂ ਉਹਨਾਂ ਦਾ ਹੀ ਜੋ ਆਪਾਂ ਫਾਇਦਾ ਲੈ ਸਕਦੇ ਹਾਂ ਉਹੀ ਲੈ ਸਕਦੇ ਹਾਂ। ਇਸ ਸਟੇਜ ਦੇ ਉੱਤੇ ਝੋਨਾ 12-15 ਦਿਨ 20 ਦਿਨ ਪਹਿਲਾਂ ਲੈਂਦਾ, ਆਪਾਂ ਨੂੰ ਕੋਈ ਜ਼ਿਆਦਾ ਸਪਰੇਆਂ ਕਰਨੀਆਂ ਵੀ ਨਹੀਂ ਚਾਹੀਦੀਆਂ, ਕਿਉਂਕਿ ਉਹਨਾਂ ਦਾ ਰੈਜ਼ੀਡੂ ਦਾਣਿਆਂ ਦੇ ਵਿੱਚ ਆ ਸਕਦਾ, ਰਹਿ ਸਕਦਾ। ਸੋ ਇਹਦੇ ਕਰਕੇ ਆਪਾਂ ਨੂੰ ਹੁਣ ਤਕਰੀਬਨ ਮੇਰੀ ਇਹੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਜਿਹੜਾ ਝੋਨਾ ਤੁਹਾਡਾ 15 ਦਿਨ ਨੂੰ ਵੱਢਿਆ ਜਾਣਾ, 12 ਦਿਨ ਨੂੰ 10 ਦਿਨ ਨੂੰ, ਉੱਥੇ ਕਿਸੇ ਕਿਸਮ ਦੀ ਕੋਈ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈ। ਹਾਂ, ਕਿਉਂਕਿ ਜਿਹੜੀ ਹੌਪਰ ਦੀ ਵੀ ਸਮੱਸਿਆ ਜ਼ਿਆਦਾ ਨਹੀਂ, ਜੇ ਕਿਤੇ ਹੈਗੀ ਆ ਤਾਂ ਉਹਦੇ ਵਿੱਚ ਵੀ ਆਪਾਂ ਨੂੰ ਕੀਟਨਾਸ਼ਕ ਜ਼ਰੂਰਤ ਅਨੁਸਾਰ ਇਸ ਸਟੇਜ 'ਤੇ ਸਪਰੇਅ ਨਹੀਂ ਕੰਮ ਕਰਦੀ। ਉਹ ਝੋਨਾ 10-15 ਦਿਨ ਲੈਂਦਾ, ਆਪਾਂ ਨੂੰ ਰੇਤਾ 'ਚ ਲਾ ਕੇ ਉਨੀਆਂ ਦੌਗੀਆਂ ਦੇ ਵਿੱਚ ਛਿੱਟਾ ਹੀ ਦੇਣਾ ਪੈਂਦਾ ਤਾਂ ਕਿ ਜਿਹੜਾ ਹੈਗਾ ਉਹਦਾ ਰਿਜ਼ਲਟ ਜਿਹੜਾ ਹੈਗਾ ਆਪਾਂ ਨੂੰ ਮਿਲ ਸਕੇ, ਕਿਉਂਕਿ ਮੁੱਢਾਂ ਦੇ ਵਿੱਚ ਸਪਰੇਅ ਮੁੱਢਾਂ ਤੱਕ ਪਹੁੰਚਦੀ ਨਹੀਂ ਹੈ। ਬੂਟਿਆਂ ਦੇ ਵਿੱਚ ਐਕਰੋਪੀਟਲ ਮੂਵਮੈਂਟ ਜਿਹੜੀ ਹੈਗੀ ਹੈ ਉਹਦੇ ਨਾਲ, ਜਾਂ ਟਰਾਂਸੈਮੀਨਰ ਐਕਟੀਵਿਟੀ ਦੇ ਨਾਲ ਜਿਹੜੇ ਦਵਾਈਆਂ ਉਹ ਉੱਪਰ ਤੋਂ ਥੱਲੇ ਨੂੰ ਮੂਵ ਕਰਦੀਆਂ, ਇਸ ਸਟੇਜ 'ਤੇ ਉਹਨਾਂ ਦੀ ਮੂਵਮੈਂਟ ਨਹੀਂ ਜ਼ਿਆਦਾ ਹੋਣ ਵਾਲੀ, ਆਪਾਂ ਨੂੰ ਫਾਇਦਾ ਨਹੀਂ ਕੋਈ ਬਹੁਤਾ ਹੋਣ ਵਾਲਾ। ਇਸ ਕਰਕੇ ਹੁਣ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਿਸਟੈਮਿਕ, ਕੋਈ ਉੱਲੀਨਾਸ਼ ਕਰਦੇ ਹਾਂ, ਕੋਈ ਆਪਾਂ ਕੀਟਨਾਸ਼ਕ ਕਰਦੇ ਹਾਂ, ਜਦੋਂ ਝੋਨਾ ਕਟਾਈ ਦੇ ਵਿੱਚ ਥੋੜ੍ਹੇ ਦਿਨ ਰਹਿ ਗਏ ਤਾਂ ਆਪਾਂ ਨੂੰ ਕੋਈ ਸਪਰੇਆਂ ਦਾ ਫਾਇਦਾ ਨਹੀਂ ਹੁੰਦਾ ਇਸ ਸਟੇਜ 'ਤੇ, ਤਾਂ ਸਗੋਂ ਹੁਣ ਜਿਹੜਾ ਝੋਨਾ ਆਪਾਂ ਉਹ ਤੋੜਦੇ ਹਾਂ ਜੇ ਵਿੱਚ ਉਹਦੇ ਗੇੜੇ ਕੱਢਦੇ ਹਾਂ ਤਾਂ। ਸੋ ਇਸ ਗੱਲ ਦਾ ਆਪਾਂ ਖਿਆਲ ਰੱਖਣਾ, ਜਿੱਥੇ ਕੋਈ ਮਿਲਕ ਸਟੇਜ ਚੱਲਦੀ ਬਾਸਮਤੀ ਲੇਟ ਹੈ ਉੱਥੇ ਤੁਸੀਂ ਜ਼ਰੂਰਤ ਅਨੁਸਾਰ ਸਪਰੇਅ ਕਰ ਸਕਦੇ ਹਾਂ। ਮਿਲਕ ਸਟੇਜ ਤੱਕ ਹੀ ਆਪਾਂ ਨੂੰ ਸਪਰੇਆਂ ਜਿਹੜੀਆਂ ਖਤਮ ਕਰ ਲੈਣੀਆਂ ਚਾਹੀਦੀਆਂ ਜਿਹੜੀ ਆਪਾਂ ਨੂੰ ਜ਼ਰੂਰਤ ਹੁੰਦੀ। ਬਾਅਦ 'ਚੋਂ ਜੇ ਕੋਈ ਪਾਰਟੀਕੁਲਰ ਕੋਈ ਖਾਸ ਕਿਸਮ ਦੀ ਸਮੱਸਿਆ, ਫਿਰ ਆਪਾਂ ਜ਼ਰੂਰਤ ਅਨੁਸਾਰ ਉਹਦਾ ਹੱਲ ਕਰ ਸਕਦੇ ਹਾਂ। ਇੰਨੀ ਬੇਨਤੀ ਸੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਕਿਸਾਨ ਦੋਸਤੋ, ਬਹੁਤ ਬਹੁਤ ਸ਼ੁਕਰੀਆ।